ਸ਼ਹਿਰ ਵਿੱਚ ਚੱਲ ਰਹੇ ਹੁੱਕਾਬਾਰ ਅਤੇ ਬਿਨਾਂ ਲਾਇਸੈਂਸ ਰੈਸਟੋਰੈਂਟਾਂ ਵਿੱਚ ਸ਼ਰਾਬ ਪੀਉਣ ਦੇ ਖਿਲਾਫ ਥਾਣਾ ਰਣਜੀਤ ਐਵਨਿਊ ਦੀ ਪੁਲਿਸ ਵੱਲੋਂ ਮਾਮਲੇ ਦਰਜ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਐਸਪੀ ਸਿਟੀ 2 ਸੰਦੀਪ ਕੁਮਾਰ ਮਲਿਕ ਆਈਪੀਐਸ ਨੇ ਕਿਹਾ ਕਿ ਰੈਸਟੋਰੈਂਟਾਂ ਉੱਪਰ ਐਕਸਾਈਜ਼ ਵਿਭਾਗ ਦੇ ਨਾਲ ਜੁਆਇੰਟ ਰੇਡ ਕੀਤੀ ਗਈ ਹੈ। ਰੇਡ ਦੌਰਾਨ ਰੈਸਟੋਰੈਂਟਾਂ ਵਿੱਚ ਹੁੱਕਾਬਾਰ ਅਤੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ, ਜਿਨ੍ਹਾਂ ਉੱਪਰ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਕੇਸ ਦਰਜ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਹੁੱਕਾਬਾਰ ਅਤੇ ਬਿਨਾਂ ਲਾਇਸੈਂਸ ਚੱਲ ਰਹੇ ਰੈਸਟੋਰੈਂਟਾਂ ਵਿੱਚ ਚੈਕਿੰਗ ਜਾਰੀ ਰਹੇਗੀ। ਇਹ ਪ੍ਰੈਸ ਕਾਨਫਰੰਸ ਦੇ ਥਰੂ ਅਸੀਂ ਇੱਕ ਮੈਸੇਜ ਭੇਜਣਾ ਚਾਹੁੰਦੇ ਹਾਂ ਕਿ ਲਾਸਟ ਨਾਈਟ ਸਾਡੀ ਟੀਮ ਜੋ ਕਿ ਲੀਡ ਕਰ ਰਹੇ ਸੀਗੇ ASP ਅੰਡਰ ਟ੍ਰੇਨਿੰਗ ਅਭਿਮਨਿਊ ਰਾਣਾ IPS ਅਲੋਂਗ ਵਿਥ ਟੀਮ ਫਰੋਮ ਥਾਣਾ ਲੈਡ ਬਾਏ ਰੋਬਿਨ ਇੰਚਾਰਜ PS ਰਣਜੀਤ ਐਵੇਨਿਊ ਐਂਡ ਵਿਦ ਦੀ ਓਵਰਆਲ ਸੁਪਰਵਿਜ਼ਨ ਆਫ ACP ਏਅਰਪੋਰਟ ਐਂਡ ਅਲੋਂਗ ਵਿਦ ਅਸ ਵੀ ਹੈਡ ਟੀਮ ਫਰੋਮ ਐਕਸਾਈਜ਼ ਡਿਪਾਰਟਮੈਂਟ ETO ਸਾਹਿਬ ਐਂਡ ਇੰਸਪੈਕਟਰ ਸਾਹਿਬ। ਸੋ ਵੀ ਹੈਡ ਇਨਫੋਰਮੇਸ਼ਨ ਕਿ ਯਹਾਂ ਪੇ ਕਾਫੀ ਯਹਾਂ ਪੇ ਬਾਰਸ ਐਂਡ ਰੈਸਟਰਾਂ ਹੈ ਹੂ ਸਰਵ ਲਿਕਰ ਵਿਦਾਊਟ ਹੈਵਿੰਗ ਲਿਕਰ ਲਾਇਸੈਂਸਿਸ ਐਂਡ ਦੇ ਵਾਜ਼ ਆਲਸੋ ਸਮ ਇਨਫੋਰਮੇਸ਼ਨ ਕਿ ਹਾਂ ਹੁੱਕਾ ਵਗੈਰਾ ਵੀ ਚਲਦਾ ਹੈ। ਤੋ ਉਸ ਇਨਫੋਰਮੇਸ਼ਨ ਦੇ ਬੇਸਿਸ ਤੇ ਅਸੀਂ ਰੇਡ ਕੀਤੀ ਤੇ ਵੀ ਇਨ ਟੋਟਲ ਵੀ ਰੇਡਡ 5 ਪਲੇਸਿਸ ਤੇ 5 ਜਗ੍ਹਾ ਸਾਨੂੰ ਹੁੱਕੇ ਤੇ ਵਿਦਾਊਟ ਲਾਇਸੈਂਸ ਲਿਕਰ ਸਰਵ ਕਰਦੀ ਹੋਈ ਪਾਈ ਗਈ ਤੇ ਅਸੀਂ ਰਜਿਸਟਰ ਕੀਤੇ ਹੈ FIR ਕੀਤੀ 4 FIR ਇੱਕ ਐਕਸਾਈਜ਼ ਦੀ ਹੈਗੀ। ਇਹ ਰੈਸਟੋਰੈਂਟ ਹੈਗੇ ਯੂਰੋਪੀਅਨ ਨਾਈਟ ਐਂਡ ਬਲਾਇੰਡ ਟਾਈਗਰ ਓਲਿਵ 97 ਜੋਕਰ ਬਾਰ ਐਂਡ ਓਰਾ ਦੀਜ਼ ਆਰ ਦੀ 5 ਰੈਸਟੋਰੈਂਟ ਜਹਾਂ ਪੇ ਸਰਵ ਹੋ ਰਹੀ ਥੀ ਵਿਦਾਊਟ ਲਾਇਸੈਂਸ ਲਿਕਰ ਐਂਡ ਇਨਮੇ ਸੇ 3 ਕੇ ਪਾਸ ਹਮੇ ਹੁੱਕੇ ਵੀ ਮਿਲੇ ਹੈ ਬਲਾਇੰਡ ਟਾਈਗਰ ਯੂਰੋਪੀਅਨ ਨਾਈਟ ਐਂਡ ਜੋਕਰ ਬਾਰ। ਸੋ ਰੈਲੇਵੈਂਟ ਸੈਕਸ਼ਨਸ ਕੇ ਅੰਡਰ ਹਮਨੇ FIR ਲੌਂਚ ਕਰਕੇ ਉਨ ਪੇ ਕਾਰਵਾਈ ਕੀਆ। ਤੋ ਇਸਕੇ ਥਰੂ ਹਮ ਯੇ ਮੈਸੇਜ ਦੇਣਾ ਚਾਹਤੇ ਹੈ ਕਿ ਦੇਰ ਵਿਲ ਬੀ ਨੋ ਟੋਲਰੇਸ਼ਨ ਰਿਗਾਰਡਿੰਗ ਸਚ ਐਕਟਸ ਇਨ ਫਿਊਚਰ। ਤੋ ਅਗਰ ਕੋਈ ਵੀ ਐਸਾ ਕਰ ਰਿਹਾ ਹੈ ਤੋ ਨਾ ਕਰੇ, ਲੀਗਲੀ ਜੋ ਬਣਤਾ ਹੈ ਉਸਕੇ ਅੰਦਰ ਹੀ ਰਹੇ, ਫੋਲੋ ਦੀ ਲੋ